ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਅੱਜ ਆਪ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਸੋ ਪ੍ਰਾਪਤ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ, ਜਿੱਥੇ ਭਾਈ ਮਰਦਾਨੇ ਨੇ ਰਬਾਬ ਵਜਾਈ ਸੀ, ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ ਸੀ ਅਤੇ ਇੱਥੇ ਜਲ ਦਾ ਸਰੋਤ ਪ੍ਰਗਟ ਹੋਇਆ ਸੀ। ਅਤੇ ਚਰਚਾ ਸੁਣ ਕੇ ਇੱਕ ਕੋਹੜੀ ਆਇਆ ਸੀ ਜੋ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮੇਰਾ ਕੋਹੜ ਰੋਗ ਠੀਕ ਕਰੋ, ਤਾਂ ਗੁਰੂ ਸਾਹਿਬ ਜੀ ਨੇ ਉਸ 'ਤੇ ਅਪਾਰ ਬਖਸ਼ਿਸ਼ ਕੀਤੀ ਸੀ। ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਨੰਦੇੜ, ਅਤੇ ਕੀ ਹੈ ਇੱਥੋਂ ਦਾ ਪੂਰਾ ਇਤਿਹਾਸ ਅਤੇ ਕਿਵੇਂ ਦਰਸ਼ਨ ਕਰ ਸਕਦੇ ਹਾਂ। ਜੁੜੇ ਰਹੋ ਸਰਵਰ ਸਿੰਘ ਨਰਵੈਰ ਖਾਲਸਾ ਦੇ ਯੂਟਿਊਬ ਚੈਨਲ ਦੇ ਨਾਲ, ਅਤੇ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ, ਅਤੇ ਜੁੜੇ ਰਹੋ ਸਿੱਖ ਇਤਿਹਾਸ ਅਤੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਅਸੀਂ ਹਜੂਰ ਸਾਹਿਬ ਪਹੁੰਚੇ ਹਾਂ ਅਤੇ ਇੱਥੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਆਓ ਅੱਜ ਆਪ ਜੀ ਨਾਲ ਮਿਲ ਕੇ ਇਸ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰਦੇ ਹਾਂ। ਹਜੂਰ ਸਾਹਿਬ ਤੋਂ ਤਕਰੀਬਨ 12 ਕੁ ਮੀਲ ਦੀ ਵਿਸ ਦੇ ਉੱਤੇ ਲੋਕਲ ਗੁਰਦੁਆਰਿਆਂ ਵਿੱਚ ਗਿਣਿਆ ਜਾਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਵਿੱਤਰ ਸਥਾਨ। ਗੁਰ ਇਤਿਹਾਸ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਗ੍ਹਾ 'ਤੇ ਆਏ ਜਦੋਂ ਵਿਦਰ ਕਰਨਾਟਕਾ ਵੱਲ ਨੂੰ ਜਾ ਰਹੇ ਸਨ, ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਦੇ ਉੱਤੇ ਪੜਾਵ ਲਗਾਇਆ ਅਤੇ ਤਕਰੀਬਨ 9 ਦਿਨ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੱਖਣ ਦੇਸ਼ ਦੀਆਂ ਯਾਤਰਾਵਾਂ ਦੌਰਾਨ ਔਰ ਆਪਣੀਆਂ ਉਦਾਸੀਆਂ ਦੌਰਾਨ ਇਸ ਜਗ੍ਹਾ ਦੇ ਉੱਤੇ ਰੁਕੇ, ਤਾਂ ਇੱਥੋਂ ਦੇ ਲੋਕਾਂ ਨੂੰ ਜਦ ਪਤਾ ਲੱਗਾ, ਆਸ ਪਾਸ ਦੇ ਲੋਕਾਂ ਨੂੰ ਜਦ ਪਤਾ ਲੱਗਾ ਗੁਰੂ ਨਾਨਕ ਸਾਹਿਬ ਆਏ ਹਨ, ਤਾਂ ਗੁਰੂ ਸਾਹਿਬ ਜੀ ਨੂੰ ਦਰਸ਼ਨ ਕਰਨ ਵਾਸਤੇ ਹੁੰਮਾ ਹੁੰਮਾ ਕੇ ਪਹੁੰਚਣਾ ਸ਼ੁਰੂ ਕਰ ਦਿੱਤਾ। ਇਸ ਜਗ੍ਹਾ 'ਤੇ ਭਾਈ ਮਰਦਾਨੇ ਨੂੰ ਪਿਆਸ ਲੱਗੀ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮੇਰੀ ਪਿਆਸ ਬੁਝਾਓ, ਤਾਂ ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਵਜਾ, ਉਸ ਅਕਾਲ ਪੁਰਖ ਦੀ ਉਸਤਤ ਕਰ, ਉਹ ਅਕਾਲ ਪੁਰਖ ਉਹ ਸਤ ਕਰਤਾਰ ਦਾ ਨਾਮ ਜਪ, ਉਹ ਆਪ ਹੀ ਜਲ ਸਰੋਤ ਦੇ ਦੇਵੇਗਾ। ਅਤੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਇਸ ਜਗ੍ਹਾ 'ਤੇ, ਜਿਸ ਜਗ੍ਹਾ 'ਤੇ ਉਹ ਬੈਠੇ ਸਨ ਉੱਥੇ ਬੇਰੀ ਸੀ, ਅਤੇ ਬੇਰੀ ਦੇ ਥੱਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਭਾਈ ਮਰਦਾਨਾ ਜੀ ਬੈਠੇ ਸਨ, ਅਤੇ ਉਹਨਾਂ ਨੇ ਕੀਰਤਨ ਕੀਤਾ, ਉਸ ਅਕਾਲ ਪੁਰਖ ਦੀ, ਉਸ ਸਤ ਕਰਤਾਰ ਦੀ ਉਸਤਤ ਕੀਤੀ, ਤਾਂ ਇਸ ਜਗ੍ਹਾ ਦੇ ਉੱਤੇ ਆਟੋਮੈਟਿਕਲੀ ਜ਼ਮੀਨ 'ਚੋਂ ਪਾਣੀ ਦਾ ਫੁਹਾਰਾ ਫੁੱਟ ਗਿਆ, ਅਤੇ ਜੋ ਕਿ ਹੁਣ ਇੱਕ ਵੱਡੇ ਸਰੋਵਰ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ। ਅਤੇ ਸਿੱਖ ਇਤਿਹਾਸ ਦਾ ਦੱਸਦੇ ਹਨ ਕਿ ਸਭ ਤੋਂ ਡੂੰਘਾ ਸਰੋਵਰ ਹੈ ਇੱਥੇ, ਇਸ ਸਰੋਵਰ ਦਾ ਅੰਤ ਨਹੀਂ ਪਾ ਸਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇੱਥੇ ਰੁਕਣ ਕਰਕੇ ਆਸ ਪਾਸ ਦੀਆਂ ਸੰਗਤਾਂ ਨੂੰ ਪਤਾ ਲੱਗਾ, ਕੁਝ ਸਾਧੂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਸਾਹਿਬ ਜੀ ਨੇ ਉਹਨਾਂ ਸਾਧੂਆਂ ਨੂੰ ਸਿੱਧੇ ਰਸਤੇ ਪਾਇਆ। ਜਦ ਇੱਥੇ ਸੰਗਤ ਜੁੜੀ ਹੋਈ ਸੀ, ਤਾਂ ਇੱਕ ਦੁਖਿਆਰਾ ਕੋਹੜੀ ਗੁਰੂ ਕੀ ਸ਼ਰਨ ਵਿੱਚ ਆ ਗਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਮੇਰੇ ਤੋਂ ਲੋਕ ਨਫ਼ਰਤ ਕਰਦੇ ਹਨ, ਕਿਉਂਕਿ ਮੈਂ ਕੁਸ਼ਟ ਰੋਗ ਦਾ ਸ਼ਿਕਾਰ ਹੋਇਆ ਹਾਂ, ਮੈਨੂੰ ਬਹੁਤ ਦੇਰ ਤੋਂ ਕੁਸ਼ਟ ਰੋਗ ਹੈ, ਸਮਾਜ ਵਾਲੇ ਮੈਨੂੰ ਧਿਕਾਰਦੇ ਹਨ, ਅਤੇ ਤੁਸੀਂ ਕਿਰਪਾ ਕਰੋ, ਤੁਸੀਂ ਉਸ ਪਰਮਾਤਮਾ ਦਾ ਰੂਪ ਹੋ, ਤੁਸੀਂ ਆਪ ਕਿਰਪਾ ਕਰਕੇ ਮੇਰਾ ਇਹ ਕਸ਼ਟ ਕੱਟੋ। ਗੁਰੂ ਨਾਨਕ ਸਾਹਿਬ ਜੀ ਨੇ ਉਸ ਕੋੜੀ ਦੇ ਉੱਤੇ ਅਪਾਰ ਬਖਸ਼ਿਸ਼ ਕੀਤੀ, ਕਿਹਾ, ਭਲਿਆ ਲੋਕਾ ਜਾਂ ਉਸ ਪਾਣੀ ਦੇ ਵਿੱਚ ਇਸ਼ਨਾਨ ਕਰ ਅਤੇ ਪਾਣੀ ਛੱਕ। ਜਦ ਉਸਨੇ ਪਾਣੀ ਵਿੱਚ ਇਸ਼ਨਾਨ ਕੀਤਾ, ਸਤ ਕਰਤਾਰ ਦਾ ਨਾਂ ਲਿਆ ਔਰ ਪਾਣੀ ਦਾ ਘੁੱਟ ਛਕਿਆ, ਤਾਂ ਉਸਦੇ ਸਰੀਰ
ਨੂੰ ਨਿਰੋਗਤਾ ਆਉਣੀ ਸ਼ੁਰੂ ਹੋ ਗਈ ਅਤੇ ਕੁਝ ਹੀ ਸਮੇਂ ਵਿੱਚ ਉਸਦਾ ਸਰੀਰ ਬਿਲਕੁਲ ਨਿਰੋਗ ਹੋ ਗਿਆ। ਸੰਤਾਂ ਦੇਖ ਕੇ ਦੰਗ ਰਹਿ ਗਈਆਂ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲੱਗ ਪਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸਰੋਵਰ ਨੂੰ, ਇਸ ਜਲ ਨੂੰ ਉਦੋਂ ਤੋਂ ਬਖਸ਼ਿਸ਼ ਕਰ ਦਿੱਤੀ ਹੈ। ਇੱਥੇ ਕੋਹੜ ਰੋਗ ਹੋਵੇ, ਚਾਹੇ ਸਰੀਰ ਦਾ ਕਿਸੇ ਕਿਸਮ ਦਾ ਰੋਗ ਹੋਵੇ, ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਨ 'ਤੇ ਆਤਮਕ ਅਤੇ ਸਰੀਰਕ ਰੋਗ ਦੂਰ ਹੁੰਦੇ ਹਨ। ਸੰਗਤਾਂ ਆਉਂਦੀਆਂ ਹਨ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੀਆਂ ਹਨ ਅਤੇ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ। ਇਸ ਇਤਿਹਾਸਕ ਗੁਰਦੁਆਰੇ ਦੀ ਬਿਲਡਿੰਗ ਬਹੁਤ ਹੀ ਸੋਹਣੀ ਬਣੀ ਹੋਈ ਹੈ। ਪੂਰਾ ਪ੍ਰਬੰਧ ਹੈ ਰਿਹਾਇਸ਼ ਦਾ, ਲੰਗਰ ਦਾ ਅਤੇ ਸੰਗਤਾਂ ਦੇ ਠਹਿਰਾਵ ਦਾ। ਬਹੁਤ ਸਾਰੀਆਂ ਸੰਗਤਾਂ ਇਸ ਜਗ੍ਹਾ 'ਤੇ ਆ ਕੇ ਰੁਕਦੀਆਂ ਵੀ ਹਨ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇੱਥੇ ਆਉਣ ਦੀ ਨਿਸ਼ਾਨੀ ਹੈ ਬੇਰੀ। ਉਹ ਬੇਰੀ ਹੂ ਬਹੂ ਉਸੇ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ ਜੋ ਕਿ ਸਰੋਵਰ ਦੇ ਕੰਢੇ ਦੇ ਉੱਤੇ ਹੈ। ਗੁਰੂ ਦਾ ਦਰਬਾਰ ਦੂਸਰੀ ਮੰਜ਼ਿਲ 'ਤੇ ਹੈ, ਬਹੁਤ ਸੋਹਣੇ ਢੰਗ ਨਾਲ ਬਣਾਇਆ ਗਿਆ ਹੈ, ਪਰ ਉਹ ਬੇਰੀ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਹੈ। ਜਿੰਨੀਆਂ ਵੀ ਸੰਗਤਾਂ ਆਉਂਦੀਆਂ ਹਨ ਇੱਥੇ ਦਰਸ਼ਨ ਕਰਦੀਆਂ ਹਨ, ਪ੍ਰਸ਼ਾਦਾ ਪਾਣੀ ਇੱਥੋਂ ਸਕਦੀਆਂ ਹਨ ਅਤੇ ਇੱਥੇ ਹੀ ਅੱਗੇ ਚਾਲੇ ਪਾ ਦਿੰਦੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇੱਥੇ ਆਉਣ ਕਰਕੇ ਇਸ ਜਗ੍ਹਾ ਦਾ ਨਾਂ ਨਾਨਕ ਸਰ ਪੈ ਗਿਆ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਕੇ ਕਿਹੋ ਜਿਹਾ ਲੱਗਾ ਕਮੈਂਟ ਜ਼ਰੂਰ ਕਰਿਓ। ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਸੀਂ ਇਸ ਤੋਂ ਅਗਲੀ ਵੀਡੀਓ ਵਿੱਚ ਇੱਕ ਹੋਰ ਗੁਰਦੁਆਰੇ ਦੇ ਦਰਸ਼ਨ ਕਰਵਾਵਾਂਗੇ। ਜੁੜੇ ਰਹੋ ਸਰਵਰ ਸਿੰਘ ਨਵੈਰ ਖਾਲਸਾ ਦੇ ਯੂਟਿਊਬ ਚੈਨਲ ਦੇ ਨਾਲ। ਦਾਸ ਦੀ ਇੰਨੀ ਸੇਵਾ ਨੂੰ ਪ੍ਰਵਾਨ ਕਰਨਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।